कर गई जोगिंदर सिंह बदांती के टाइम से हम तुम गिनती कर लगी है अभी करोड़ा रुपया 300 साल के उत्ते जो दिता गया आर एस वालों वो उत्ते दोबारा जोगिंदर सिंह बदांती ने गुरबलास पातशाह भी दोबारा लागू की है सहमे साढ़े को पे आ बाकी जथेदार के जल ही सहन सारे जथेदार बयान दे चुके हैं कि साढ़े सहन असली नहीं इन्होंने अपने आप कर रहे हैं तुहाडे अगे विद्वानों का काम आ खोज करनी पूरा विचारना उस तो बाद संगत लैके आना पर असं कही जाते पंथ की पति कही सिख रह मर्यादा कोल साढ़े पई आ इतने कोई कह भी लिखा दसों की बाणी पढ़ने वाले का प्रकाश करने वाले दसे पर असी अपने बंदे को प्यार नहीं एक मिनट अंकल जी इन्होंने पूछो कि गुरु ग्रंथ साहब की व्याख्या से आप पूरी दुनिया भैन भरावों के बह के पूरा ग्रंथ साहब पढ़ भी सकते हैं उसकी व्याख्या भी कर सकते हैं कि दसम ग्रंथ का यह व्याख्या समय पढ़ सकते अपन धियां भैन बह के कोई वीर भरा मेरी इस गल का जवाब देवे मैं गुरु ग्रंथ साहब तो जिथे मर्जी बह के पढ़ सकते पूरे परिवार के बह के पढ़ सकते हैं उस चीज का जवाब मंगो ना दसम ग्रंथ आप अपन धियां भैन बह के पढ़ सकते हैं उसकी व्याख्या कर सकते हैं आप मैं बाबा जी तो नहीं मैं सारे तो सवाल कर रहा कोई एक जने जवाब दे दो मैं एक कल्ले भाई साहब नहीं गए ना यह सारे दे नाल मेरा सवाल है कि आप गुरु ग्रंथ साहब के पूरे परिवार के पूरी दुनिया के बह के पढ़ के व्याख्या कर सकते हैं एक मेरी गल सुनो सवेरे जाना चाहते हैं असि की है कल आप बहुत एक दुविधा खड़ी करी जिन्हें खास करके साड़ा प्रचारक वर्ग जिन्ना हैगा इन्हें अपने बना ले धड़े अपने बना ले डेरे वो भी दमदमी टकसाल वो भी सिपरे शिमली वाले वाले मिलके क्यों नहीं मिलते मिलके विचारा क्यों नहीं करते साढ़े किसी बंदे ना कोई जाति दुश्मनी नहीं सारे साढ़े भैन भरा आया तुम वे बुजुर्ग वागू ने सानू ਤੁਸੀਂ ਬਾਹਰੋਂ ਸਾਡੇ ਆਏ ਜੋ ਪ੍ਰਾਹੁਣੇ ਜੋ ਸਾਡੇ ਤੁਸੀਂ ਆਪ ਸਿੰਘ ਬਹਿਣ ਮੈਂ ਹੁਣ ਵੀ ਉਹਨਾਂ ਨਾਲ ਗੱਲ ਕੀਤੀ ਸੀ ਅੱਜ ਅਸੀਂ ਦੂਰੋਂ ਦੂਰੋਂ ਕਹੀ ਜਾਂਦੇ ਜੀ ਮਸ਼ੀਨਰੀ ਵਾਲੇ ਬਹੁਤ ਖਰਾਬ ਆ ਜੀ ਇੱਕ ਤਾਂ ਬੋਲਦੇ ਉਹ ਬੋਲਦੇ ਆ ਜਿਹਨਾਂ ਵੀ ਖੰਡ ਕੀਰਤਨੀ ਜਥੇ ਵਾਲਿਆਂ ਨੇ ਬਹਿ ਕੇ ਵਿਚਾਰਾਂ ਕੀਤੀਆਂ ਹੁਣ ਮੇਰੇ ਇਹਨਾਂ ਨਾਲ ਗੱਲ ਹੋਈ ਸੀਗੀ ਕਿਉਂਕਿ ਮੈਂ ਨਾਂ ਲੈ ਕੇ ਵੀ ਦੱਸ ਦਿੰਦਾ ਇਹਨਾਂ ਦੇ ਯੂਕੇ ਦੇ ਜਿਹੜੇ ਸਭ ਤੋਂ ਸਰਮੋਰ ਇਹਨਾਂ ਦੇ ਹੈਗੇ ਆ ਲੁਧਿਆਣੇ ਗਏ ਕਾਲਜ ਵਿੱਚ ਗਏ ਕਾਲਜ ਦੇ ਵਿਚਾਰਾਂ ਇੰਨੇ ਜ਼ਿਆਦਾ ਖੁਸ਼ ਹੋਏ ਉੱਥੇ ਪੈਸੇ ਵੀ ਦੇ ਕੇ ਗਏ ਡੋਨੇਸ਼ਨ ਕਹਿੰਦੇ ਯਾਰ ਅਸੀਂ ਤਾਂ ਦੁਬਧਾ ਵਿੱਚ ਸੀਗੇ ਬਾਅਦ ਉਹਨਾਂ ਲੁਧਿਆਣੇ ਕਪੂਰਥਲੇ ਜੀ ਚ ਪ੍ਰੋਗਰਾਮ ਕਰਾਇਆ ਜਿੱਥੇ ਹਰਜਿੰਦਰ ਸਿੰਘ ਮਸ਼ੀਨਰੀ ਕਾਲਜ ਆਫ ਜਿਹੜਾ ਹੈਗਾ ਪ੍ਰੋਫੈਸਰ ਉਹਨਾਂ ਨੇ ਬੁਲਾਇਆ ਬਣ ਕੇ ਰੱਖਿਆ ਕਰਨ ਵਾਸਤੇ ਅਸੀਂ ਜਿਹੜੇ ਥੱਲੇ ਵਾਲੇ ਹੈਗੇ ਨਾ ਐਵੇਂ ਆਪਸ ਵਿੱਚ ਉਹਨਾਂ ਨੇ ਖੜੀ ਕਰੀ ਜਾਂਦੇ ਕੋਈ ਐ ਬੋਲਦੇ ਐ ਬੋਲਦੇ ਪਤਾ ਨੀ ਸਾਨੂੰ ਹੋ ਕੀ ਗਿਆ ਸਾਰੇ ਸੰਗਤ ਬੈਠੀ ਸਵਾਲ ਜਵਾਬ ਕਰਾ ਲਓ ਨਾ ਸਾਰੇ ਸੰਗਤ ਬੈਠੀ ਸੰਗਤ ਦੇ ਸਵਾਲ ਜਵਾਬ ਕਰ ਲਓ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਮਿੰਟਾਂ ਨਹੀਂ ਬਹਿ ਕੇ ਵਿਚਾਰਾ ਕਰਨਗੇ ਆਪਸ ਵਿੱਚ ਮਿਲਣਗੇ ਜੋ ਹੈਗਾ ਹੁਣ ਹੈਗਾ ਜੋ ਹੈ ਗਈ ਹੈ 2 ਘੰਟੇ ਆਪਣੇ ਕੋਲ ਬਾਣੇ ਵਜੇ ਹੋ ਕੱਲ ਦੇਰ ਚੜਨਾ ਆ ਲੋਕਾਂ ਨੇ ਗੱਲ ਕਰਨੀ ਮੁੰਡਿਆਂ ਨੇ ਪ੍ਰੋਗਰਾਮ ਖਰਾਬ ਕਰਤਾ ਨਾ ਸਾਡਾ ਵਜਣਾ ਪੀ ਇਹ ਗੁੰਡੇ ਆ ਹਰ ਥਾਂ ਇਹ ਕੰਮ ਕਰਦੇ ਆ ਇਹਨਾਂ ਦਾ ਕੰਮ ਹੀ ਆਹੀ ਵਿਹਲੇ ਜੋ ਆ ਅੰਕਲ ਜੀ ਇੰਨੀਆਂ ਦੇਖੋ ਸੰਪਤਾਵਾਂ ਇੰਨੀਆਂ ਬਣਾਤੀਆਂ ਨੇ ਪਿੱਛੇ ਟਕਸਾਲੀ ਬਣਾਤਾ ਪਿੱਛੇ ਸਾਨੂੰ ਖੰਡ ਕਿਰਤੀ ਜੱਥੇ ਵਾਲੇ ਬਣਾਤਾ ਪਿੱਛੇ ਸਾਨੂੰ ਮਿਸ਼ਨਰੀ ਬਣਾਤਾ ਚਲੋ ਖੈਰ ਬਖਰੀ ਪਿੱਛੇ ਸਾਨੂੰ ਨਾਨਕਸਰੀਆ ਬਣਾਤਾ ਕਿਸੇ ਨੇ ਢੱਡਰੀਆਂ ਵਾਲੇ ਬਣਾਤਾ ਉਹ ਸਾਨੂੰ ਸਿੱਖ ਹੀ ਰਹਿਣ ਦਿਓ ਯਾਰ ਸਿੱਖ ਹੀ ਰਹਿਣ ਦਿਓ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਨੂੰ ਗੁਰਸਿੱਖ ਹੀ ਰਹਿਣ ਦਿਓ ਸਾਨੂੰ ਪਤਾ ਨਹੀਂ ਕੀ ਬਣਾਤਾ ਪੰਥਕ ਤੌਰ ਤੇ ਹਾਲੇ ਤੱਕ ਕੋਈ ਵੀ ਗੱਲ ਦਾ ਇਸਦਾ ਫੈਸਲਾ ਨਹੀਂ ਸੀ ਹੋਇਆ ਹਜੇ ਤੱਕ ਫਿਲਹਾਲ ਨਹੀਂ ਫੈਸਲਾ ਹੋਇਆ ਤੇ ਇਸ ਦੇ ਬਾਰੇ ਇਹਦਾ ਕੀਰਤਨ ਦਰਬਾਰ ਸਾਹਿਬ ਤੋਂ ਕੀਰਤਨ ਆਉਂਦਾ ਵੀ ਕਈ ਵਾਰ ਤੁਹਾਨੂੰ ਦੱਸੀ ਦੀ ਬਾਣੀ ਦਾ ਵੀ ਆਉਂਦਾ ਦੇਸ਼ ਬਾਬਰ ਮੋਹੇ ਦਾ ਵੀ ਸ਼ਬਦ ਆਉਂਦੇ ਸ਼ਬਦ ਆਉਂਦੇ ਆ ਸਾਰੇ ਪੰਥਕ ਡਿਸੀਜਨ ਜਦੋਂ ਤੱਕ ਨਹੀਂ ਮਿਲਿਆ ਦੋ ਤਿੰਨ ਫੈਸਲੇ ਪੰਥ ਨੇ ਪੈਂਡਿੰਗ ਰੱਖੇ ਆ ਕਿ ਇਸ ਕੀ ਕੋਈ ਬੰਨੇ ਕੋਈ ਨਾ ਬੰਨੇ ਮਾਸ ਕੋਈ ਖਾਵੇ ਕੋਈ ਨਾ ਖਾਵੇ ਰਾਗਮਾਲਾ ਪੜ੍ਹੇ ਕੋਈ ਨਾ ਪੜ੍ਹੇ ਤਿੰਨ ਫੈਸਲੇ ਪੈਂਡਿੰਗ ਰੱਖੇ ਪੰਥ ਨੇ ਉਹ ਕਰਦਾ ਕੋਈ ਤਾਂ ਵੀ ਕਰਦਾ ਨਹੀਂ ਕਰਦਾ ਕੋਈ ਨਾ ਕਰਦਾ ਇਹਨਾਂ ਚੀਜ਼ਾਂ 'ਤੇ ਕੋਈ ਹਜੇ ਤੱਕ ਫਾਈਨਲ ਡਿਸੀਜਨ ਨਹੀਂ ਹੋਇਆ ਅਤੇ ਇਹ ਦਸਮ ਦੀ ਬਾਣੀ ਦੇ ਉੱਤੇ ਵੀ ਦਰਬਾਰ ਸਾਹਿਬ ਤੋਂ ਜਿਹੜੀ ਲੋਕ ਇਹ ਦੇਖਦੇ ਵੀ ਦਰਬਾਰ ਸਾਹਿਬ ਤੋਂ ਜਿਹੜੀ ਚੀਜ਼ ਆਉਂਦੀ ਹੈ ਤਾਂ ਉਹ ਸਭ ਪ੍ਰਵਾਨਤ ਹੈ ਦਰਬਾਰ ਸਾਹਿਬ ਤੋਂ ਦੇਸ਼ ਬਾਬਰ ਮੋਹੇ ਦੇ ਸ਼ਬਦ ਆਉਂਦੇ ਆ ਅਤੇ ਦਸਮ ਦੀ ਹੋਰ ਵੀ ਬਾਣੀ ਆਉਂਦੀ ਆ
ਜਾਂ ਤੁਸੀਂ ਇੱਥੇ ਜੋ ਕੋਈ ਵੀ ਬੰਦਾ ਆਉਂਦਾ ਨਵਾਂ ਪ੍ਰਚਾਰਕ ਆਉਂਦਾ ਤੁਸੀਂ ਦੱਸੋ ਵੀ ਸਾਡੇ ਲੋਕਲ ਸਟੈਂਡਿੰਗ ਆਰਡਰ ਆਇਆ ਤੁਹਾਨੂੰ ਇਹ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਲੋਕਲ ਸਟੈਂਡਿੰਗ ਆਰਡਰ ਆਏ ਇਲਾਕਿਆਂ ਨੂੰ ਦਿਓ ਜੇ ਤੁਹਾਡੇ ਮੁਤਾਬਕ ਚੱਲਣ ਵੀ ਸਾਡੇ ਮੁਤਾਬਕ ਸਾਡਾ ਇੱਥੇ ਸਟੈਂਡ ਆ ਵੀ ਸਾਡੇ ਮੁਤਾਬਕ ਤੁਹਾਨੂੰ ਚੱਲਣਾ ਚਾਹੀਦਾ ਜਾਂ ਤਾਂ ਇੱਦਾਂ ਲਿਖ ਕੇ ਦਿਓ ਜਾਂ ਕਮੇਟੀਆਂ ਜਿਹੜੀਆਂ ਬੁਲਾਉਂਦੀਆਂ ਉਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਵੀ ਸਾਨੂੰ ਬਾਹਰਾ ਖਾਊਗਾ ਅਸੀਂ ਇਹ ਬੋਲਣਾ ਚਾਹੁੰਦੇ ਨਹੀਂ ਚਾਹੁੰਦੇ ਤਾਂ ਅਸੀਂ ਆਵਾਂਗੇ ਜੇ ਅਸੀਂ ਇੱਦਾਂ ਜੇ ਸਾਨੂੰ ਨਾ ਚੰਗਾ ਲੱਗੋ ਪਹਿਲਾਂ ਹੱਥ ਜੋੜ ਲਾਂਗੇ फैसला नहीं है की सिख रहत मर्यादा तुम मनते नहीं है अपना जो भी दुबका शब्द ਵਿਚਿੱਤਰ ਨਾਟਕ ਦਾ ਪੜਿਆ ਉਹਦੀ ਮਾਫੀ ਮੰਗਦੇ ਆ ਤੇ ਸਾਰੀ ਸੰਗਤ ਉਹਨਾਂ ਨੂੰ ਮਾਫ਼ ਕਰਦੀ ਦਸਮ ਗ੍ਰੰਥ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਨਹੀਂ ਪੜ੍ਹ ਸਕਦੇ ਸਾਰਿਆਂ ਦੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੀਰ ਜੀ ਕੀ ਜਿਹੜਾ ਹੋਇਆ ਠੀਕ ਸੀਗਾ ਹਾਂ ਇਹ ਬਹੁਤ ਹੀ ਗਲਤ ਹੋਇਆ ਇੱਦਾਂ ਦਾ ਕੰਮ ਗੁਰੂ ਘਰਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਸਾਡੇ ਪ੍ਰਚਾਰਕਾਂ ਨੂੰ ਵੀ ਇਹ ਗੱਲ ਚਾਹੀਦੀ ਆ ਸਿਆਣੇ ਸਿੱਖਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਵੀ ਗੁਰੂ ਘਰ ਦੇ ਵਿੱਚ ਘੱਟੋ ਘੱਟ ਗੁਰਬਾਣੀ ਹੀ ਪੜਿਆ ਕਰਨ ਕਿਉਂਕਿ ਗੁਰਬਾਣੀ ਹੀ ਗੁਰਸਿੱਖ ਨੂੰ ਚੰਗੀ ਜੀਵਨ ਦਾ ਉਪਦੇਸ਼ ਦਿੰਦੀ ਆ ਬਾਕੀ ਪੜ੍ਹਨ ਤੋਂ ਜੋ ਮਰਜ਼ੀ ਪੜ੍ਹੀ ਜਾਵੋ ਪਰ ਆਪਣੇ ਵਾਸਤੇ ਜੋ ਮਰਜ਼ੀ ਪੜ੍ਹ ਲਓ ਪਰ ਗੁਰੂ ਘਰਾਂ ਦੇ ਵਿੱਚ ਘੱਟੋ ਘੱਟ ਵੀਰ ਮੇਰੇ ਬੇਨਤੀ ਆ ਗੁਰਬਾਣੀ ਹੀ ਪੜ੍ਹੋ